ਚਲੋ ਸਾਈਡ ਤੋਂ ਆਈ ਜੀ ਗੱਡੀ, ਗੱਡੀ ਆਈ ਤਾਂ ਮੋਗੇ ਲੰਗੋ ਜੀ, ਮੋਗੇ ਲੰਗੋ 11 ਹੀ ਬੰਦੇ ਬਲੇਟ ਚ ਲੈ ਗਏ ਜੀ, ਸਾਰੇ ਮੋਟਰਸਾਈਕਲ ਲੈ ਗਏ ਜੀ, ਤਿੰਨ ਬੰਦੇ ਸੀਗੇ ਉਧਰਲੇ ਪਾਸੇ, ਤਿੰਨੇ ਲੈ ਗਏ ਅਸੀਂ ਬੈਕ ਸਾਈਡ ਖੜੇ ਸੀਗੇ, ਬੈਕ ਸਾਈਡ ਖੜੇ ਅਸੀਂ ਅਸੀਂ ਬੈਕ ਸਾਈਡ ਰੇੜੀ ਦੇ ਖੜੇ ਹੋਏ, ਸਾਨੂੰ ਐ ਲੱਗਾ ਜਿਵੇਂ ਜਹਾਜ਼ ਡੱਕ ਗਿਆ ਜਾਂ ਕੰਧ ਚ ਵੱਜੇ ਬੈਕ ਜਾ ਕੇ ਜੀ, ਤਾਂ ਕੁਦਰਤੀ ਬਚ ਗਈ ਸਮਾਂ, ਮੈਂ ਕਿਹਾ ਮਾਥੜਾ ਜਾ ਇਹ ਮੇਰਾ ਮਾਥੜਾ, ਮੈਂ ਕਿਹਾ ਜੀ ਜਹਾਜ਼ ਡੱਕ ਪਿਆ ਮਾਥੜਾ ਮਾਰ ਕੇ ਕੰਧ ਚ ਵੱਜਾ ਜੀ, ਸਾਤ ਉੱਠਿਆ ਨਹੀਂ ਗਿਆ 5-7 ਮਿੰਟ, ਨਾ ਉਹਦਾ ਬਲਜੀਤ ਸਿੰਘ ਆ ਜੀ, ਇੱਕ ਬਲਜੀਤ ਸਿੰਘ ਉਹ ਨਹੀਂ ਉੱਥੇ ਜਿਹੜੇ ਥੱਲੇ ਆਏ ਉਹ ਕਿੰਨੇ ਜਣੇ ਸੀਗੇ, ਉਹ ਤਿੰਨ ਜਣੇ ਤਿੰਨ ਜਣੇ, ਇੱਕ ਤਾਂ ਪਾਣੀ ਚ ਡੁੱਬ ਗਿਆ ਉਹ ਖਿੱਚ ਲਿਆ ਬਾਹਰ ਜੀ ਗਿਆਨੀ, ਇੱਕ ਹੋਰ ਮੁੰਡਾ ਜੀ ਉਹਦੀਆਂ ਲੱਤਾਂ ਟੁੱਟੀਆਂ ਰੇੜੀ ਵਾਲੀਆਂ, ਤੇ ਇੱਕ ਉਹ ਜਿਹੜਾ ਉਹਦਾ ਭਾਣਜਾ ਹੀ ਗਿਆਨੀ ਦਾ ਉਹ ਥੱਲਿਓ ਕੱਢੇ ਟਾਇਰ ਡੈਡ ਬੋਡੀ ਹੋ ਗਈ, ਉਹ ਡੈਡ ਬੋਡੀ ਥੱਲਿਓ ਕੱਢੀ, ਕੱਲ ਕਿੰਨੇ ਬੰਦੇ ਮਰ ਗਏ ਮੌਕੇ ਤੇ, ਮੈਂ ਬਾਈ ਦੋ ਮਰ ਗਏ, ਜ਼ਖਮੀ ਕਿੰਨੇ ਆ, ਇੱਕ ਆ ਹੀ ਜ਼ਖਮੀ, ਇੱਕ ਜ਼ਖਮੀ ਆ, ਹਾਂਜੀ ਦੋ ਮਰ ਗਏ, ਥਾਲੀ ਦਾ ਮੁੰਡਾ ਸੀਗਾ ਜੀ ਉਹ ਵੀ ਮਰ ਗਿਆ, ਉਹ ਟਾਈਮ ਉਹ ਹਰਮਨ 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 ਟਰੋਲੀ ਬਲਜੀਤ ਤੇ ਹਰਮਨ ਜੀ, ਹਾਂਜੀ ਹਾਂਜੀ ਉਹ ਥਾਲੀ ਦਾ ਮੁੰਡਾ ਸੀਗਾ, ਗੱਡੀ ਬਸ ਸਾਰਾ ਕੋਲ ਵੇਟ ਕੇ ਲੈ ਗਿਆ ਸ਼ਰਾਬੀ, ਡੱਕਿਆ ਸੀਗਾ ਜੀ ਡੱਕਿਆ ਸੀਗਾ ਜੀ, ਉਹ ਫੜ ਲਿਆ ਜੀ ਪੁਲਿਸ ਨੇ, ਅਮਨਦੀਪ ਅਮਨਦੀਪ ਯਾਰ ਅੱਜ ਉਹ ਐਕਸੀਡੈਂਟ ਮੇਰੇ ਪਿੰਡ ਦੁੰਨੇ ਕੇ ਵਾਰਡ ਨੰਬਰ 44 ਚ ਹੋਇਆ, ਮਨ ਨੂੰ ਬਹੁਤ ਦੁੱਖ ਹੋਇਆ ਕਿ ਇੱਕ ਭਿਆਨਕ ਐਕਸੀਡੈਂਟ ਹੋਇਆ ਟਰੱਕ ਵਾਲੇ ਦੀ ਜਾਂ ਟਰਾਲੇ ਵਾਲੇ ਦੀ ਲਾਪਰਵਾਹੀ ਕਰਕੇ, ਪੁਲਿਸ ਮੌਕੇ 'ਤੇ ਆ ਗਈ ਸੀ ਫੋਨ ਕਰਨ 'ਤੇ, ਲੇਕਿਨ ਪ੍ਰਸ਼ਾਸਨ ਕੋਲ ਨਾ ਹਾਈਡਰਾ ਨਾ JVC ਮਸ਼ੀਨ, ਜੇ ਆਹ 7ਵਾਂ ਫੈਬਰੀਕੇਟਰ ਵਾਲੇ ਨਾ ਹੁੰਦੇ ਹਾਈਡਰਾ ਨਾ ਮਿਲਦਾ ਤਾਂ ਅੱਧਾ ਘੰਟਾ ਬੰਦਾ ਹੇਠਾਂ ਤੜਫਦਾ ਮਰ ਗਿਆ, ਸਿਰਫ ਇਹ ਹਾਈਡ ਜਿਹੜੀ JVC ਮਸ਼ੀਨ ਜਾਂ ਹਾਈਡਰਾ ਦਾ ਪ੍ਰਬੰਧ ਨਾ ਹੋਣ ਕਾਰਨ, ਇਹ ਬਹੁਤ ਵੱਡੀ ਨਲੇਕੀ ਆ ਸਰਕਾਰ ਦੀ, ਇਹਦਾ ਕੋਈ ਪ੍ਰਬੰਧ ਹੋਣਾ ਚਾਹੀਦਾ ਵੀ ਐਕਸੀਡੈਂਟ ਧੁੰਦ ਪੈਣ ਲੱਗ ਗਈ ਆ ਅਤੇ ਜ਼ਰੂਰ ਪ੍ਰਬੰਧ ਕੀਤਾ ਜਾਵੇ, ਸਰਕਾਰ ਨੂੰ ਬੇਨਤੀ ਹੈ ਸਾਡੀ।